ਸਰੀ ਸਕੂਲ ਡਿਸਟ੍ਰਿਕਟ ਵੱਲੋਂ ਪੰਜਵਾਂ ਸਾਲਾਨਾ ਇੰਟਰ ਸਕੂਲ ਕਬੱਡੀ ਮੁਕਾਬਲਾ ਸਰੀ ਦੇ ਪੋਨੋਰਾਮਾ ਰਿਜ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ। ਭਾਰੀ ਮੀਂਹ ਦੇ ਬਾਵਜੂਦ ਵੀ ਪਸੰਦੀਦਾ ਖੇਡ ਖੇਡਣ ਤੇ ਵੇਖਣ ਵਾਲਿਆਂ ਵਿੱਚ ਪੂਰਾ ਉਤਸ਼ਾਹ ਸੀ। ਕੈਨੇਡੀਅਨ ਜੰਪਲ ਅਗਲੀ ਪੀੜ੍ਹੀ ਦੇ ਇਸ ਖੇਡ ਨਾਲ ਜੁੜੇ ਨੌਜਵਾਨ ਕਬੱਡੀ ਨੂੰ ਕੈਨੇਡਾ ਵਿੱਚ ਉੱਪਰਲੇ ਪੱਧਰ ਤੇ ਲੈ ਕੇ ਜਾਣਾ ਚਾਹੁੰਦੇ ਨੇ। ਛੋਟਾ ਹੁੰਦਾ ਮੈਂ ਕਬੱਡੀ ਟੂਰਨਾਮੈਂਟ 'ਤੇ ਜਾਂਦਾ ਰਹਿੰਦਾ ਸੀਗਾ ਡੈਡੀ ਨਾਲ। ਡੈਡੀ ਵੀ ਬਹੁਤ ਵੱਡਾ ਪ੍ਰਮੋਟਰ ਆ ਕਬੱਡੀ 'ਚ, ਫਿਰ ਉੱਥੋਂ ਫਿਰ ਸ਼ੌਂਕ ਆ ਗਿਆ। ਕਬੱਡੀ ਖੇਡਣ ਨੂੰ 2-3 ਸਾਲ ਹੋ ਗਏ ਆ, ਹਾਂਜੀ। ਐਂਡ ਮੇਰੇ ਡੈਡ ਵੀ ਖੇਡਦੇ ਹੁੰਦੇ ਸੀ ਅਤੇ ਉਹਨਾਂ ਤੋਂ ਬਹੁਤ ਇੰਸਪੀਰੇਸ਼ਨ ਮਿਲਦੀ ਆ। ਐਂਡ ਹਾਂਜੀ, ਤਾਂ ਮੈਂ ਦੇਖਦਾ ਵੀ ਬਹੁਤ ਆ ਕਬੱਡੀ, ਹਾਂਜੀ, ਤਾਂ ਉੱਥੋਂ ਮੈਨੂੰ ਇੰਸਪੀਰੇਸ਼ਨ ਮਿਲਦੀ ਐਂਡ ਜੀ ਕਰਦਾ ਕਬੱਡੀ ਖੇਡਣ ਦਾ। ਹਾਂ, ਓਵਰ ਜੋ ਛੋਟੇ ਹੁੰਦੇ ਜੋ ਰੈਸਲਿੰਗ ਟੂਰਨਾਮੈਂਟ ਜਾਂਦੇ ਸੀ, ਕਬੱਡੀ ਦਾ ਟੂਰਨਾਮੈਂਟ ਚੱਲਦੇ ਹੁੰਦੇ ਸੀਗੇ, ਉਹ ਹੀ ਦੇਖ ਕੇ ਮੈਂ ਫਨ ਲੱਗਦਾ ਸੀਗਾ। ਕਲੱਬ ਨਾਲ ਆਪਾਂ ਖੇਡਦੇ ਹੁੰਦੇ ਦੀ ਫਨ ਲਈ ਖੇਡਦੇ ਹੁੰਦੇ ਸੀਗੇ, ਇੱਥੇ ਤਾਂ ਵਧੀਆ ਲੱਗਦਾ ਖੇਡਾਂ। ਤੋ ਅੱਜ ਵੀ ਵਧੇ ਕਿਉਂਕਿ ਅੱਜ ਮੀਂਹ ਬਹੁਤ ਪੈਂਦਾ ਹੈ, ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਨਿਆਣੇ ਦੀ, ਅਸੀਂ ਸੇਫਟੀ ਨੰਬਰ 1 ਪ੍ਰਾਇਰਟੀ ਰੱਖੀ ਹੈ। ਸੋ ਤਾਂ ਹੀ ਤੁਸੀਂ ਅੱਜ ਦੇਖੋਗੇ, ਅਸੀਂ ਤੁਹਾਡੇ ਕਾਲ ਕਈ ਅਰਲੀ ਰੋਕੋਗੇ, ਪਰ ਸਾਡੀ ਮੇਨ ਪ੍ਰਾਇਰਟੀ ਹੈ ਅੱਜ ਨਿਆਣੇ ਦੀ ਸੇਫਟੀ। ਆਕ ਲਈ ਬਹੁਤ ਵਧੀਆ ਚੀਜ਼ ਹੈਗੀ ਆ, ਕਰਕੇ ਇਹ ਇਕੱਲੇ ਸਾਡੇ ਸਕੂਲ ਡਿਸਟ੍ਰਿਕਟ ਦੇ ਜਵਾਕ ਨੇ, ਰਾਈਟ, ਬਾਹਰੋਂ ਨਹੀਂ ਆਉਂਦੇ ਹੈਗੇ। ਐਂਡ ਜਿਹੜਾ ਇਹਨਾਂ ਦੀ ਸਪੋਰਟਸਮੈਨਸ਼ਿਪ ਆ, ਇਹ ਕਾਫੀ ਹਾਈ ਆ, ਐਂਡ ਇਹਦਾ ਕੰਡਕਟ ਵੀ ਕਾਫੀ ਹਾਈ ਆ, ਜਵਾਕ ਵੀ ਸਾਰੇ ਵਧੀਆ ਨੇ। 6 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਐਂਡ ਅਸੀਂ ਇੱਦਾਂ ਸੋਚਿਆ ਸੀ ਦਰ ਇਹ ਗੁੱਡ ਆ ਜਵਾਕਾਂ ਲਈ। ਐਂਡ ਪਹਿਲਾਂ ਕਬੱਡੀ ਟੀਮਾਂ ਹੈ ਨਹੀਂ ਸੀ ਡਿਸਟ੍ਰਿਕਟ ਦੇ ਵਿੱਚ, ਸੋ ਹੁਣ ਹੈਗੀਆਂ ਟੀਮਾਂ ਐਂਡ ਵਧੀਆ ਚੱਲੀ ਜਾਂਦਾ। ਪ੍ਰੈਕਟਿਸ ਹੋ ਸਕਦੀ, ਕੋਈ ਵੈਦਰ ਵੀ ਨਹੀਂ ਇੰਨਾ ਵਧੀਆ ਹੁੰਦਾ ਇੱਥੇ, ਜਦੋਂ ਕਿਤੇ ਧੁੱਪ ਦਾ ਚਾਂਸ ਆਉਂਦਾ, ਧੁੱਪ ਆਉਂਦੀ ਆ ਤਾਂ ਅਸੀਂ ਪ੍ਰੈਕਟਿਸ ਕਰ ਲੈਂਦੇ ਹਾਂ ਅਤੇ ਕਈ ਵਾਰੀ ਇਨਡੋਰ ਪ੍ਰੈਕਟਿਸ ਵੀ ਕਰਦੇ ਹਾਂ ਅਤੇ ਇੰਨੀ ਕੀ ਚੱਲਦੀ ਹੈ। ਬਾਕੀ ਸਾਡੇ ਰੈਸਲਰ ਵੀ ਹੈਗੇ ਆ ਅਤੇ ਉਹ ਰੈਸਲਿੰਗ ਪ੍ਰੈਕਟਿਸ ਵੀ ਨਾਲ ਨਾਲ ਕਰਦੇ। ਇੱਥੇ ਮੈਂ ਲਿਆਉਣਾ ਮੰਗਦਾ ਸਾਰੇ ਜਿਹੜੇ ਨਿਆਣੇ ਆ, ਛੋਟੇ ਛੋਟੇ ਤੱਕ, U6 ਤੋਂ U18 ਤੱਕ ਸਾਰੇ ਖੇਲੇ, ਫਿਰ ਥੋੜ੍ਹਾ ਰੋਂਗ ਵੇ 'ਚ ਨਾ ਲੈ ਕੇ ਜਾਓਗੇ ਨਾ। ਬਸ ਹੁਣ ਇਹ ਆ ਦਾ ਮੋਰਿਓ, ਲਾਈਕ ਹੋਰ ਸਕੂਲਸ ਦੀ ਪ੍ਰੋਵਿੰਸ ਵਿੱਚ ਇਹ ਕਰੇ, ਮੈਂ ਮੇ ਬੀ ਆਫ ਕੈਨੇਡਾ। ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਪ੍ਰੋਵਿੰਸ਼ਲਸ ਹੋਣੀ ਚਾਹੀਦੀ ਹੈ ਕਬੱਡੀ ਵਾਸਤੇ, ਹਾਈ ਸਕੂਲ ਵਾਸਤੇ, ਅਤੇ ਹਜੇ ਤੱਕ ਤਾਂ 5-6 ਸਕੂਲ ਹੀ ਆ ਜਿਹੜੇ ਹਜੇ ਅੰਦਰ ਹੈਗੇ, ਪਰ ਮੈਨੂੰ ਲੱਗਦਾ ਸੂਨ ਜਿਵੇਂ ਜਦੋਂ ਸਾਲ ਆਈ ਜਾਏ ਉਦੋਂ ਤੱਕ ਬਹੁਤ ਸਕੂਲ ਆ ਜੂਗੇ ਅਤੇ ਉਦੋਂ ਫਿਰ ਪ੍ਰੋਵਿੰਸ਼ਲਸ ਵੀ ਹੋਣ ਲੱਗ ਪੂਗੇ। ਹੁਣ ਜਿੱਦਾਂ ਬਹੁਤ ਜਗ੍ਹਾ 'ਤੇ ਡੋਪ ਟੈਸਟਿੰਗ ਵੀ ਹੁੰਦੀ ਆ ਕਬੱਡੀ ਨੂੰ, ਤਾਂ ਇਸ ਕਰਕੇ ਹੁਣ ਬਹੁਤ ਘੱਟ ਗਿਆ ਨਸ਼ਾ, ਪਰ ਹਜੇ ਵੀ ਹੈਗਾ, ਪਰ ਅਸੀਂ ਚਾਹੁੰਦੇ ਹਾਂ ਵੀ ਇਹ ਜਮ੍ਹਾਂ ਹੀ ਖਤਮ ਹੋ ਜੇ। ਨਹੀਂ, ਇੱਥੇ ਕਬੱਡੀ ਵਿੱਚ ਇੱਥੇ ਲਾਅ ਇਨਫੋਰਸਮੈਂਟ ਵੀ ਹੈਗੀ, ਇੱਥੇ ਪੁਲਿਸ ਵਾਲੇ ਵੀ ਹੁੰਦੇ ਕਬੱਡੀ ਟੂਰਨਾਮੈਂਟਸ ਵਿੱਚ, ਅਤੇ ਕਈ ਵਾਰੀ ਸਾਡੇ ਇੱਥੇ ਵੀ ਆਉਂਦੇ ਆ, ਸੋ ਆਈ ਥਿੰਕ ਗੈਂਗ ਇਨਵੋਲਵਮੈਂਟ ਇੱਥੇ ਕਬੱਡੀ ਵਿੱਚ ਨਹੀਂ ਹੋਊਗੀ, ਅਤੇ ਇੰਡੀਆ ਹੀ ਜ਼ਿਆਦਾ ਹੁੰਦੀ ਹੈ, ਉੱਥੇ ਸਕੇਰੀ ਹੁੰਦਾ ਕੰਮ ਬਸ, ਅਤੇ ਸਾਰਿਆਂ ਨੂੰ ਇਹ ਕਿ ਬਚ ਕੇ ਰਹੋ। ਹਾਂਜੀ, ਓਨੈਸਟਲੀ ਮੈਨੂੰ ਵੱਖਰਾ ਦੱਸਦਾ ਹੈ ਕਿ ਮੈਂ ਕਬੱਡੀ 'ਤੇ ਬਹੁਤ ਵਧੀਆ ਚੀਜ਼ਾਂ ਦੇਖੀਆਂ ਹੈ, ਕਿਹੜੇ ਬੰਦੇ ਸਪੋਂਸਰ ਹੈਗੇ, ਕਿਹੜੇ ਇੰਨੇ ਨਾਈਸ ਹੈ, ਕਿਸੇ ਸਰੀ ਦੇ ਬਿਜ਼ਨਸਮੈਨ ਆ, ਕਿਹੜੇ ਨਿਆਣੇ ਨੂੰ ਅੱਜ ਮੌਕੇ ਦਿੰਦੇ ਆ। ਨਾਲੇ ਮੈਂ ਵੀ ਹੁਣ ਬਹੁਤ ਜ਼ਿਆਦਾ ਕਬੱਡੀ ਖੇਡਦਾ, ਮੈਂ ਦੂਸਰੀ ਗੇਮ